ਰਾਜਪੁਰਾ ਦੇ ਸਰਕਾਰੀ NTC ਸਕੂਲ 'ਚ ਸਕੂਲ ਪ੍ਰਿੰਸੀਪਲ ਇੰਦਰਜੀਤ ਸਿੰਘ ਦੀ ਬਦਲੀ ਹੋਣ ਕਾਰਨ ਵਿਦਿਆਰਥੀਆਂ ਵੱਲੋਂ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਰਿਹਾ। ਵਿਦਿਆਰਥੀਆਂ ਨੇ MLA ਹਰਦਿਆਲ ਕੰਬੋਜ ਦੀ ਕੋਠੀ ਨੂੰ ਘੇਰ ਕੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਤੇ ਸਾਡੇ ਰਾਜਪੁਰਾ ਦੇ NTC ਸਕੂਲ ਦੇ ਜਿਹੜੇ ਬੱਚੇ ਆ, ਇੱਥੋਂ ਪੰਜਾਬ ਸਰਕਾਰ ਵੱਲੋਂ ਜਿਹੜੇ ਉਹਨਾਂ ਦੇ ਪ੍ਰਿੰਸੀਪਲ ਦੀ ਬਦਲੀ ਜਿਹੜੀ ਆ ਕਿਤੇ ਹੋਰ ਕਰ ਦਿੱਤੀ ਗਈ ਆ, ਉਹ ਸੰਬੰਧ ਵਿੱਚ ਜਿਹੜੇ ਆ ਸਕੂਲ ਦੇ ਬੱਚਿਆਂ ਨੇ ਅੱਜ ਇੱਕ ਐਜੀਟੇਸ਼ਨ ਕੀਤਾ ਵੀ ਸਾਨੂੰ ਉਹੀ ਪ੍ਰਿੰਸੀਪਲ, ਪੁਰਾਣੇ ਵਾਲਾ ਪ੍ਰਿੰਸੀਪਲ ਚਾਹੀਦਾ। ਉਹ ਇਕੱਠੇ ਹੋ ਕੇ ਬੱਚੇ ਜਿਹੜੇ ਆ ਉਹ ਇੱਧਰ ITI ਚੌਂਕ ਤੋਂ MLA ਸਾਹਿਬ ਦੀ ਕੋਠੀ ਵਾਲੇ ਪਾਸੇ ਨੂੰ ਆ ਗਏ ਸੀ, ਪਰੰਤੂ ਅਸੀਂ ਬੱਚਿਆਂ ਨੂੰ ਸਮਝਾ ਬੁਝਾ ਕੇ ਜਿਹੜਾ ਹੁਣ ਉਹਨਾਂ ਦੇ ਸਕੂਲ ਵਾਪਸ ਲੈ ਕੇ ਜਾ ਰਹੇ ਹਾਂ। ਤੇ ਉੱਥੇ DO ਸਾਹਿਬ ਵੀ ਇਹਨਾਂ ਦੇ ਸੈਕੰਡਰੀ ਤੋਂ ਆ ਗਏ ਆ ਤੇ ਇਹਨਾਂ ਨਾਲ ਬੈਠ ਕੇ ਉੱਥੇ ਗੱਲਬਾਤ ਕਰਦੇ ਹਾਂ ਬੱਚਿਆਂ ਦੇ ਨਾਲ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ 'ਚ ਮੌਜੂਦ ਜ਼ਿਲ੍ਹਾ ਸਿੱਖਿਆ ਅਫਸਰ ਕੁਲਭੂਸ਼ਣ ਸਿੰਘ ਬਾਜਵਾ ਨੂੰ ਮੰਗ ਪੱਤਰ ਦਿੱਤਾ, ਜਿਸ ਵਿੱਚ ਉਹਨਾਂ ਨੇ ਸਕੂਲ ਪ੍ਰਿੰਸੀਪਲ ਇੰਦਰਜੀਤ ਸਿੰਘ ਨੂੰ ਮੁੜ ਸਕੂਲ ਵਿੱਚ ਤੈਨਾਤ ਕਰਨ ਦੀ ਮੰਗ ਕੀਤੀ ਅਤੇ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀ ਮੰਗ ਪੂਰੀ ਨਾ ਹੋਈ ਤਾਂ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ। ਸਰ, ਹਜੇ ਤਾਂ ਫਿਲਹਾਲ ਇਹਨਾਂ ਨੇ ਈਮੇਲ ਲਿਖ ਕੇ ਸੈਂਡ ਕਰੀ ਉੱਪਰ ਅਫਸਰ ਨੂੰ, ਇਹ ਕਹਿ ਰਹੇ ਵੀ ਥੋੜੇ ਦਿਨ ਤੱਕ ਤੁਹਾਡੀ ਮੰਗ ਪੂਰੀ ਹੋ ਸਕਦੀ ਹੈ, ਵੀ ਅਸੀਂ ਛੋਟਾ ਗੇਟ ਖੋਲ ਦਾਂਗੇ ਬਟ ਅਸੀਂ ਅੰਦਰ ਨਹੀਂ ਆਵਾਂਗੇ। ਸਰ, तो बच्चे अंदर नहीं आएंगे क्योंकि टीचर्स ने बच्चों को अंदर जबरदस्ती बुलाया और बच्चे नहीं चाहते कि जब तक प्रिंसिपल सर आएंगे तब तक कोई बच्चा अंदर नहीं आएगा। प्रिंसिपल सर आ जाएंगे, हम भी अंदर आ जाएंगे, हम पढ़ेंगे भी। अगर प्रिंसिपल सर की बदली नहीं होगी यहाँ पर दोबारा नहीं आएंगे तो बच्चा पढ़ेंगे नहीं। इस मौके मौजूद राजपुरा पुलिस अते राजपुरा दे सिविल प्रशासनिक अफसरां वल्लों विद्यार्थियों नूं समझा के स्कूल वापस परताया गया। ब्यूरो रिपोर्ट, दैनिक सवेरा TV। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ। ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।